ਸਾਨੂੰ ਘਰ ਚੋਂ ਕੱਢਿਆ ਬਾਹਰ ਵੀ ਛੜੀ ਨੌ ਆਂਦੀ ਵੀ 2 ਲੱਖ ਦੋਗੇ ਤੇ ਫਿਰ ਤੁਹਾਨੂੰ ਵੜ ਦੇਣਾ। ਤੇ 6ਵੇਂ ਮਹੀਨੇ 'ਚ ਮੈਨੂੰ ਵੀ ਗਲਤ ਵਰਤਾਓ ਕਰਨ ਲੱਗ ਪਏ ਆ। ਤੇ ਉਸ ਤੋਂ ਬਾਅਦ ਉਹਦੀ ਜਿਹੜੀ ਭਾਬੀ ਆ ਕਿ ਉਹਨਾਂ ਨਾਲ ਗੈਰ ਸੰਬੰਧ ਆ। जड़ियाला गुरु दे नजदीकी पिंड सज्जल बद्दी विच एक पुत ओदो कपुत बन गया जदों उसने अपनी मां ते छोटी भरजाई नूं कुटमार करके घरों कढ दिता, जिसकी एक वीडियो भी सामने आई है। पुत वालों किए गए इस अत्याचार तो बाद उसकी मां अपनी छोटी नूह नाल उसके पेके घर रहने लिए मजबूर है, जिसने मीडिया नूं अपनी हड बीती सुनाते हुए कहा कि उसके मुंडे ने उस नाल कुट मार करके उसनू घरों कढ दिता है। ते ओह कहिंदे ने कि जेकर घर विच रहना है तो 2 लाख रुपए देवे ते ओह घर विच रह सकती है। इस दे नाल ही पीड़ित मां ने दसिया कि उसकी नूह ने घर विचों एक सोने की अंगूठी ते 1200 रुपए भी चोरी किए ने। ਤੇ ਫਿਰ ਵੜ ਕੇ ਤੇ ਅੰਦਰ ਤਲਾਸੀ ਕਰਕੇ 2 ਲੈ ਗਈ ਛਾਪਾਂ ਤੇ 1200 ਰੁਪਇਆ। ਤੇ ਹੁਣ ਤੁਹਾਨੂੰ ਘਰ ਤੋਂ ਬਾਹਰ ਕੱਢਿਆ ਗਿਆ? ਅਸੀਂ ਬਾਹਰ ਹੀ ਹਾਂ, ਉਦਨ ਦੇ ਬਾਹਰ ਹੀ ਹਾਂ। ਹੁਣ ਤੁਸੀਂ ਕਿੱਥੇ ਰਹਿ ਰਹੇ ਹੋ? ਹੁਣ ਅਸੀਂ ਆਪਣੇ ਕੁੜਮਾ ਦੇ ਰਹਿੰਦੇ ਕੁੜਮਾ। ਕਿੰਨੇ ਬੱਚੇ ਤੁਹਾਡੇ? ਸਾਡੇ 3 ਬੱਚੇ। ਹਾਂਜੀ 3 ਬੱਚੇ। ਤੇ ਹੁਣ ਤੁਸੀਂ ਛੋਟੇ ਬੇਟੇ ਦੇ ਸਹੁਰਿਆਂ ਦੇ ਘਰ ਰਹਿ ਰਹੇ ਹੋ? ਹਾਂਜੀ ਹਾਂਜੀ, ਜਿਹੜਾ ਇਸ ਵਿਚਕਾਰਲੇ ਬੇਟੇ ਦੇ। ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲੋਂ? ਅਸੀਂ ਕਹਿੰਦੇ ਵੀ ਚਲੋ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਸੁਣਵਾਈ ਹੋਵੇ ਸਾਨੂੰ ਫਿਰ ਇਸ ਤਰ੍ਹਾਂ ਮਾਰ ਦੇਣਗੇ, ਕਰ ਦੇਣਗੇ ਜੋ ਮਰਜ਼ੀ ਕਰਨ ਨੂੰ। ਕੀ ਇਹ ਤੁਹਾਡੀ ਨੌਂ ਨੂੰ ਧੱਕਾ ਹੋ ਰਿਹਾ? ਧੱਕਾ ਹੋ ਰਿਹਾ ਵੀ ਨੌਂ ਨੂੰ ਰੱਖਣਾ ਨਹੀਂ ਚਾਹੁੰਦੇ ਵੀ ਵੈਸੇ ਵੀ ਮੈਂ ਅਸੀਂ ਘਰ ਨਹੀਂ ਜਾਣਨਾ, ਅਸੀਂ ਆਪਣਾ ਵਸਾਉਣਾ ਵਾ ਕਿਸ ਤਰ੍ਹਾਂ ਵੀ, ਅਤੇ ਅਸੀਂ ਧੱਕਾ ਨਹੀਂ ਹੋਣ ਦੇਣਾ। ਉੱਧਰ ਪੀੜਿਤ ਔਰਤ ਦੀ ਛੋਟੀ ਨੂੰਹ ਨੇ ਆਪਣੇ ਜੇਠ 'ਤੇ ਕੁੱਟਮਾਰ ਕਰਨ ਦੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੇਰੇ ਪਤੀ ਦੇ ਉਸ ਦੀ ਭਾਬੀ ਨਾਲ ਨਜਾਇਜ਼ ਸੰਬੰਧ ਨੇ, ਜਿਸ ਕਰਕੇ ਉਹਨਾਂ ਵੱਲੋਂ ਮੇਰੀ ਕੁੱਟਮਾਰ ਕਰਕੇ ਮੈਨੂੰ ਘਰੋਂ ਕੱਢ ਦਿੱਤਾ ਗਿਆ। ਹਾਂਜੀ, ਗੱਲ ਜਿੱਦਾਂ ਕਿ ਮੇਰਾ 14 ਅਪ੍ਰੈਲ ਨੂੰ 15 ਅਪ੍ਰੈਲ ਨੂੰ ਵਿਆਹ ਹੋਇਆ ਹੈ, ਅਤੇ ਸੱਜਣ ਵੱਡੀ ਮੇਰੇ ਸਹੁਰੇ ਆ, ਅਤੇ ਉਹਨਾਂ ਨੇ ਚਲੋ ਵਿਆਹ ਹੋਇਆ 5 ਕੁ ਮਹੀਨੇ ਮੇਰੇ ਨਾਲ ਠੀਕ ਰਹੇ ਹੈਗੇ, ਅਤੇ 6ਵੇਂ ਮਹੀਨੇ 'ਚ ਮੈਨੂੰ ਵੀ ਗਲਤ ਵਰਤਾਓ ਕਰਨ ਲੱਗ ਪਏ ਆ। ਅਤੇ ਉਸ ਤੋਂ ਬਾਅਦ ਉਹਦੀ ਜਿਹੜੀ ਭਾਬੀ ਆ ਕਿ ਉਹਨਾਂ ਨਾਲ ਗੈਰ ਸੰਬੰਧ ਆ। ਕਿਹਦੇ ਨਜਾਇਜ਼ ਸੰਬੰਧ ਆ ਜੀ ਤੁਹਾਡੀ ਭਾਬੀ ਨੇ? ਹਾਂਜੀ, ਕਿਹਦੇ ਨਜਾਇਜ਼ ਸੰਬੰਧ ਨੇ? ਮੇਰੇ ਘਰ ਵਾਲੇ ਨੇ। ਕੀ ਨਾਮ ਆ ਤੁਹਾਡੇ? ਸਰਜੀਤ ਸਿੰਘ। ਅਤੇ ਉਸ ਤੋਂ ਬਾਅਦ ਮੈਨੂੰ ਚੰਗਾ ਨਹੀਂ ਸਮਝਿਆ ਵੀ, ਅਤੇ ਜੋ ਵੀ ਮੈਂ ਗਈ ਹਾਂ ਕਿ ਮੈਨੂੰ ਬਸ ਇਹੋ ਰੱਖਿਆ ਵਾ ਕਿ ਇਹ ਘਰ ਦੀ ਰੋਟੀ ਪਕਾਵੇ ਅਤੇ ਘਰ ਦਾ ਕੰਮ ਕਰੇ, ਅਤੇ ਬਸ ਇਹਨੂੰ ਲੀੜਾ ਕੱਪੜਾ ਮਿਲੂਗਾ ਅਤੇ ਰੋਟੀ ਖਾਣ ਲਈ ਮਿਲੂਗੀ। ਕੁੱਟਮਾਰ ਵੀ ਕਰਦੇ ਧਰਮ? ਹਾਂਜੀ, ਅਤੇ ਬਾਕੀ ਇਹ ਕਿ ਜਦੋਂ ਮੈਨੂੰ ਹੁਣ ਮੇਰਾ ਕਿ ਕੇਸ ਡਿਲੀਵਰੀ ਹੋਣ ਵਾਲੀ ਸੀ, ਅਤੇ ਮੈਨੂੰ ਇਹਨਾਂ ਨੇ ਕਿਹਾ ਕਿ ਅਸੀਂ ਤੇਰੇ ਮਾਂ ਪਿਓ ਦੀ ਕਿ ਘਾਤ ਵੇਖਣੀ ਆ ਕਿ ਇਹ ਕੇਸ ਕਰਾ ਵੀ ਸਕਦੇ ਆ ਕਿ ਕਰਾ ਕੇ ਵਿਖਾ ਲੈਣ। ਅਤੇ ਮੈਨੂੰ ਚਲੋ ਹੋਇਆ ਝਗੜਾ ਲੋਹੜੀ ਵਾਲੇ ਦਿਨ ਤੋਂ ਕਦੀ ਹੋਇਆ ਹੈਗਾ, ਝਗੜਾ ਕੀਤਾ ਇਹਨਾਂ ਨੇ ਮੇਰੇ ਨਾਲ, ਅਤੇ ਉਹ ਤੋਂ ਅਗਲਾ ਦਿਨ ਪਿਆ ਹੈਗਾ, ਅਤੇ ਮੈਨੂੰ ਜਦੋਂ ਇੱਥੇ ਵਾਹਵਾ ਉਦਣ ਵੀ ਲੜੇ ਹੈਗੇ,
तो मेरा घर वाला मैं मरन दियां धमकियां दिंदा कि जे मैं अपने घर का कह ना भी मैं अपने घर जाना वा तो उदन तो बाद मैं फिर मरन चलिया वा मैनू धमकी दिती है इतने आने तो पहलों भी कि मैं मरन चलिया चा मेरे जेठ ने की शमशेर सिंह और उन्होंने बेटा घर वाली हां जी मेरे नाल भी की अपने चाचा जी नाल भी मम्मी जी उन्होंने नाल भी की मेरी सस नाल उस तो हां जी उस तो बाद फिर जो कुटमार की है तो मैं मम्मी उन्होंने कहा है मैं कि चलो मेरी लत तोड़ दी इन्होंने कि थाने चली आप कि उन्होंने दसीए जाके कि रात फैसला होया तो दिन इन्होंने साढ़े ना कुछ किया है उस तो बाद मेरा घर वाला भी आया तो उन्होंने सानू धक्के मार के बाहर कढ़िया आंदा समस्या कोई भी होवे जड़ तो खत्म मेरे किते नू कोई कट नहीं सकता कट्टन वाले नू मूँह मंगया इनाम जिवें मन चाया प्यार पति पत्नी च अणबण काले जादू का खात्मा वशीकरण लाटरी नंबर पाओ प्यार विच धोखा खादे हुए प्रेमी प्रेमिका सौतन दुश्मन नू वस विच करवाउण लई संपर्क करो पंडित ए के शास्त्री तुसी संपर्क कर सकते हो 9905 90490।